अमृतसर के जंडियाला गुरु के नेड़े पिंड कत्थू नंगल के माता चवंडा देवी का मंदिर तुसी देख रहे हो। जेड़ा ये नौजवान तस्वीरां च नज़र आ रहा इसनू देख तुसी सोच रहे होवोंगे कि शायद ये श्रद्धालु मंदिर च मत्था टेकण आया होवे, पर इत्थे तुसी भी भुलेखा खा गए हो जनाब। ये नौजवान मत्था टेकण नहीं बल्कि मंदिर की गोलक चुकण आया है, यानी कि मंदिर की गोलक चोरी करन आया है। तस्वीरां च तुसी देख सकते हो कि नौजवान गोलक नू चुके लिजांदा होया नजर आ रहा, जिस दी कटिया करतूत सीसीटीवी कैमरे च कैद हो गई। शिव मंदिर बड़ा प्राचीन ते पुराना मंदिर आ, इतिहासिक मंदिर आ चवंडे देवी दे विच, ते बहुत उहदी महत्ता वा। उह उत्थे इक बाहर दुकान करदा वा भरत कुमार नां दा लड़का, ते उहने कल परसों दुपहरे 2:15 बजे जदों दिसिया वी कोई नहीं हैगा, साडे मुलाजम उत्थे गैस्ट कर रहे सी, उहने उह गोलक उत्थों चक के ਅਤੇ ਗੁਰ ਮੰਦਰ ਦੇ ਅੰਦਰ ਹੀ ਇੱਕ ਬਰਾਂਡਾ ਵਾ ਉੱਥੇ ਖੜ ਕੇ, ਅਤੇ ਉਹਨੂੰ ਅਜੇ ਲੱਗਿਆ ਸੀ ਖੋਲ੍ਹਣ ਵਾਸਤੇ, ਅਤੇ ਸਾਡੇ ਮੁਲਾਜ਼ਮ ਨੂੰ ਪਤਾ ਲੱਗ ਗਿਆ, ਕੈਪਟਨ ਸਿੰਘ ਹੌਲਦਾਰ ਸਾਡਾ ਉੱਥੇ ਸੀਗਾ, ਉਹਨੇ ਉਹਨੂੰ ਰੰਗੇ ਹੱਥੀਂ ਉੱਥੇ ਗੋਲਕ ਚੋਰੀ ਕਰਦੇ ਨੂੰ ਫੜ ਲਿਆ, ਉਹਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅਤੇ ਜਦੋਂ ਮੈਨੂੰ ਪਤਾ ਲੱਗਾ, ਮੈਂ ਚਵਿੰਡੇ ਚੌਂਕੀ ਇੰਚਾਰਜ ਨੂੰ ਨਾਲ ਲੈ ਕੇ ਉਸੇ ਵੇਲੇ ਘੇਰਾਬੰਦੀ ਕਰਕੇ ਅਸੀਂ ਉਹਨੂੰ ਫੜ ਲਿਆ, ਫੜ ਕੇ ਅਤੇ ਅਸੀਂ ਉਹਦੇ 'ਤੇ ਮੁਕੱਦਮਾ ਨੰਬਰ 61/23 ਜੁਰਮ 387/511/295 IPC ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਵਾ। ਗ੍ਰਿਫਤਾਰੀ ਉਹਦੀ ਹੋ ਗਈ ਆ, ਪੁੱਛਗਿੱਛ ਉਹਦੀ ਜਾਰੀ ਆ, ਅੱਜ ਉਹਨੂੰ ਅਦਾਲਤ 'ਚ ਪੇਸ਼ ਕਰਕੇ ਅਤੇ ਉਹਦਾ ਰਿਮਾਂਡ ਲਵਾਂਗੇ, ਅਤੇ ਉਹਦਾ ਕੀ ਮਕਸਦ ਸੀ ਸਾਰੀ ਉਹਦੀ ਜਿਹੜੀ ਆ ਤਫਤੀਸ਼ ਉਹ ਸਾਹਮਣੇ ਲਿਆਵਾਂਗੇ। ਸਰ ਗੋਲਕ ਬਰਾਮਦ ਕਰ ਲਈ ਗਈ ਉਹ? ਬਿਲਕੁਲ, ਮੌਕੇ 'ਤੇ ਹੀ, ਵਿਦਾਊਟ ਕਿਸੇ ਮਤਲਬ ਟ੍ਰੈਜਡੀ, ਵਿਦਾਊਟ ਕਿਸੇ ਚੋਰੀ, ਵਿਦਾਊਟ ਕਿਸੇ ਕੈਸ਼ ਉੱਥੋਂ ਮਿਸ ਕਰਨ ਦੇ, ਅਤੇ ਅਸੀਂ ਉਹਨੂੰ ਗੋਲਕ ਨੂੰ ਉਸੇ ਹਾਲਤ 'ਚ ਹੀ ਉਸੇ ਵੇਲੇ 5 ਮਿੰਟ 'ਚ ਹੀ ਰਿਕਵਰ ਕਰਕੇ ਅਤੇ ਦੁਬਾਰਾ ਉੱਥੇ ਸੁਸ਼ੋਭਿਤ ਕਰਤੀ ਜਿੱਥੇ ਮੰਦਰ ਦੇ ਵਿੱਚ ਹੁੰਦੀ ਹੈ। ਸਰ ਜੁੱਤੀਆਂ ਲੈ ਕੇ ਵੀ ਸ਼ਿਵਮੂਰਤੀ ਲੱਗ ਗਿਆ ਸੀ? ਚੱਪਲ ਪਾਈ ਇਹਨੇ। ਐਕਚੁਅਲੀ ਉੱਥੇ ਕੀ ਹੈਗਾ ਵਾ ਕਿ ਚੱਪਲ ਲੋਕ ਪਾ ਕੇ ਵਿੱਚ ਲੰਘ ਜਾਂਦੇ ਆ, ਲੇਕਿਨ ਇਹਨੇ ਇੱਕ ਗਲਤੀ ਕੀਤੀ, ਜਿੱਥੇ ਗੋਲਕ ਪਈ ਸੀ ਉਹਦੀ ਜਿਹੜੀ ਖੂਹ ਦੀ ਕੰਧ ਸੀਗੀ ਉਹਦੇ ਉੱਤੇ ਚੱਪਲ ਸਣੇ ਚੜ ਗਿਆ ਸੀ, ਉਹਦੇ ਕਰਕੇ ਅਸੀਂ 295 ਧਾਰਾ ਜਿਹੜੀ ਆ ਉਹ ਲਾਈ ਐਡ ਕੀਤੀ ਹੈ। ਹੋਰ ਕਲਾਸ ਹੋਣ ਦੀ ਸੰਭਾਵਨਾ? ਹਾਂਜੀ, ਹੋਰ ਕਲਾਸ ਹੋਣ ਦੀ ਸੰਭਾਵਨਾ ਡਿਊਰਿੰਗ ਇਨਵੈਸਟੀਗੇਸ਼ਨ? ਆ ਡਿਊਰਿੰਗ ਇਨਵੈਸਟੀਗੇਸ਼ਨ ਉਹਦੀ ਪੁੱਛਗਿੱਛ ਕਰਾਂਗੇ, ਰਿਮਾਂਡ ਲੈ ਕੇ ਆ ਰਹੇ ਉਹਦਾ, ਅਤੇ ਜਿਹੜੀ ਵੀ ਗੱਲ ਹੋਊਗੀ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕੀਤੀ ਜਾਊਗੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਹੀ ਚੋਰ ਨੂੰ ਕਾਬੂ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।